Ah, sì, ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਬਹੁਤ ਬਹੁਤ ਸਵਾਗਤ ਬੇਕਰ ਫੀਲਡ ਦੇ ਵਿੱਚ ਮੈਂ ਤੁਹਾਡਾ ਕਰਦਾ ਤੁਸੀਂ ਬੇਕਰ ਫੀਲਡ ਦੇ ਖਾਸ ਮਹਿਮਾਨ ਸਾਡੇ ਕੋਲ ਇੱਥੇ ਪਹੁੰਚੇ ਹੋ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਦੀ ਨਾਲ ਸਾਡੇ ਘਰਾਂ ਵਿੱਚ ਬੈਠੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਾਡਾ ਕੈਲੀਫੋਰਨੀਆ ਦਾ ਟੂਰ ਜਿਹੜਾ ਹੈਗਾ ਉਹ ਹੌਲੀ ਹੌਲੀ ਅੰਤਿਮ ਪੜਾਅ ਵੱਲ ਨੂੰ ਵੱਧਦਾ ਜਾ ਰਿਹਾ ਅਤੇ ਉਸੇ ਪੜਾਅ ਦੇ ਵਿੱਚ ਅੱਜ ਬੇਕਰ ਫੀਲਡ ਦੇ ਵਿੱਚ ਪਹੁੰਚੇ ਹਾਂ ਔਰ ਦੇਖ ਰਹੇ ਹੋਣਗੇ ਸਾਡੇ ਦਰਸ਼ਕ ਪਿੱਛੇ ਸਪਾਈਸ ਲੈਂਡ ਸਬਜ਼ੀ ਮੰਡੀ ਹੈ ਇੱਥੇ ਉੱਥੇ ਅਸੀਂ ਪਹੁੰਚੇ ਹਾਂ ਇੱਥੋਂ ਦਾ ਪ੍ਰੋਗਰਾਮ ਅੱਜ ਦਾ ਲਾਈਵ ਜਿਹੜਾ ਤੁਹਾਡੇ ਰੂਬਰੂ ਕਰਨਾ ਹੈ ਗੱਲਾਂ ਬਾਤਾਂ ਸ਼ੁਗਲ ਮੇਲਾ ਹੋਏਗਾ ਨਾਲ ਨਾਲ ਜਾਣਕਾਰੀ ਹੋਏਗੀ ਬੇਕਰ ਫੀਲਡ ਬਾਰੇ ਸੋ ਇੱਕ ਵਾਰ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਨਿੱਘਾ ਸਵਾਗਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਹੈ ਹੀ ਹੈ ਗੱਲ ਕਰੀਏ ਜੀ ਬੇਕਰ ਫੀਲਡ ਦੀ ਇਸ ਤੋਂ ਪਹਿਲਾਂ ਕਿ ਮੈਂ ਸਾਡੇ ਮਹਿਮਾਨਾਂ ਦੇ ਨਾਲ ਤਾਰੁਫ ਕਰਾਵਾਂ ਤੁਹਾਡਾ ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਅਕਸਰ ਨਿਊਯਾਰਕ ਦੇ ਵਿੱਚ ਅਸੀਂ ਰਹਿੰਦੇ ਹਾਂ ਔਰ ਨਿਊਯਾਰਕ ਦਾ ਔਰ ਕੈਲੀਫੋਰਨੀਆ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਹਰ ਪੱਖੋਂ ਕਹੀਏ ਵੈਦਰ ਪੱਖੋਂ ਵੀ ਕਹੀਏ ਜਿੱਥੇ ਹੁਣ ਨਿਊਯਾਰਕ ਗੱਲ ਚੱਲਦੀ ਹੈ ਅਤੇ ਉੱਥੇ ਉਹ ਕਹਿੰਦੇ ਜੀ ਇੱਥੇ ਠੰਡ ਬਹੁਤ ਹੈ ਅਤੇ ਬਾਹਰ ਨਿਕਲ ਨਹੀਂ ਹੁੰਦਾ ਅਤੇ ਉੱਥੇ ਹੀ ਇੱਥੋਂ ਦਾ ਵੈਦਰ ਜਿਹੜਾ ਬੜਾ ਸੁਹਾਵਣਾ ਜਿਹਾ ਹੈਗਾ ਧੁੱਪ ਨਿਕਲੀ ਹੁੰਦੀ ਹੈ ਦਿਨੇ ਤਕਰੀਬਨ ਗਰਮੀ ਹੁੰਦੀ ਹੈ ਸੋ ਵੱਖਰੇ ਵੱਖਰੇ ਰੰਗ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਹੈ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ ਔਰ ਨਾਲ ਨਾਲ ਕੋਸ਼ਿਸ਼ ਇਹ ਵੀ ਹੁੰਦੀ ਹੈ ਪ੍ਰੋਗਰਾਮ ਚਾਹੇ ਅਸੀਂ ਕਿਤੋਂ ਵੀ ਕਰੀਏ ਪ੍ਰੋਗਰਾਮ ਦੇ ਵਿੱਚ ਮਹਿਮਾਨ ਚਾਹੇ ਬਿਜ਼ਨਸਮੈਨ ਆ ਚਾਹੇ ਕਲਾਕਾਰ ਨੇ ਪਰ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਨਾ ਰਹੇ ਇਹ ਜ਼ਰੂਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਔਰ ਕੋਸ਼ਿਸ਼ ਦੇ ਵਿੱਚ ਕਈ ਵਾਰ ਕਾਮਯਾਬ ਹੋ ਜਾਂਦੇ ਕਈ ਵਾਰ ਹੋ ਸਕਦਾ ਰਹਿ ਵੀ ਜਾਂਦੇ ਹੋਈਏ ਅਤੇ ਅੱਜ ਵੀ ਪੂਰੀ ਕੋਸ਼ਿਸ਼ ਹੈ ਅੱਜ ਸਾਡੇ ਮਹਿਮਾਨ ਬਹੁਤ ਵਧੀਆ ਨੇ ਔਰ ਮੈਂ ਸਬਜ਼ੀ ਮੰਡੀ ਜਿਹੜੀ ਹੈਗੀ ਸਪਾਈਸ ਲੈਂਡ ਸਬਜ਼ੀ ਮੰਡੀ ਇਹ ਸਭ ਤੋਂ ਖੁਸ਼ੀ ਦੀ ਗੱਲ ਇਹ ਹੈਗੀ ਹੈ ਕਿ ਇਹਦੀ ਗ੍ਰੈਂਡ ਓਪਨਿੰਗ ਜਿਹੜੀ ਹੈ ਉਹ ਸਾਡੀ ਜਸ ਪੰਜਾਬੀ ਦੀ ਟੀਮ ਨਾਲ ਅਤੇ ਸਾਡੇ ਇੱਥੇ ਆਏ ਹੋਏ ਮਹਿਮਾਨਾਂ ਦੇ ਨਾਲ ਇਹ ਕਰ ਰਹੇ ਨੇ ਸੋ ਮੈਂ ਰਣਜੀਤ ਸਿੰਘ ਜੀ ਮੇਰੇ ਨਾਲ ਬੈਠੇ ਨੇ ਖੱਬੇ ਹੱਥ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਜਸ ਪੰਜਾਬੀ ਦੀ ਸਾਰੀ ਟੀਮ ਦਾ ਇੱਥੇ ਆਉਣ 'ਤੇ ਸਾਰੇ ਸਾਡੇ ਲੋਕਲ ਮਹਿਮਾਨ ਸਾਡੇ ਗੈਸਟ ਜਿੰਨੇ ਵੀ ਆਏ ਨੇ ਇੱਥੇ ਪਹੁੰਚੇ ਨੇ ਔਰ ਜਿਹੜੇ ਵੀ ਦਰਸ਼ਕ ਘਰ ਬੈਠ ਕੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਪ੍ਰੇਮ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਇੱਕ ਇਹਨਾਂ ਦੇ ਸ਼ੁਭ ਕਾਮਨਾਵਾਂ ਲਈ ਤਾੜੀਆਂ ਜ਼ਰੂਰ ਲਾ ਦਿਓ ਇਸ ਗ੍ਰੈਂਡ ਓਪਨਿੰਗ ਵਾਸਤੇ ਸੋ ਦੂਸਰੀ ਹੈ ਸਾਡੇ ਜਸ ਪੰਜਾਬੀ ਵੱਲੋਂ ਵੀ ਬਹੁਤ ਸ਼ੁਭਕਾਮਨਾਵਾਂ ਥੈਂਕ ਯੂ ਅਤੇ ਅੱਛਾ ਮੈਂ ਦੇਖ ਰਿਹਾ ਸੀ ਬਹੁਤ ਸੋਹਣਾ ਨਵਾਂ ਤਾਜ਼ਾ ਹੀ ਸਾਰਾ ਹੈਗਾ ਬਹੁਤ ਵਧੀਆ ਮਾਹੌਲ ਇੱਥੇ ਦੇਖ ਰਿਹਾ ਸਾਡੇ ਦਰਸ਼ਕਾਂ ਨੇ ਜ਼ਰੂਰ ਦੇਖਿਆ ਹੋਊਗਾ ਅਤੇ ਅੱਛਾ ਇਹ ਕਿੰਨੀ ਦੇਰ ਹੋ ਗਈ ਇਹਨੂੰ ਅਜੇ ਅਜੇ ਸਾਨੂੰ 2-2.5 ਮਹੀਨੇ ਹੋਏ ਜੀ ਖੋਲ੍ਹੇ ਨੂੰ ਨਵਾਂ ਸਟੋਰ ਇਹ ਆਪਣਾ ਬੇਕਰਸ ਫੀਲਡ ਦੇ ਵਿੱਚ ਇੱਕ ਜ਼ਰੂਰਤ ਸੀ ਇਸ ਚੀਜ਼ ਦੀ ਸਾਡੇ ਇੱਥੇ ਕਾਫੀ ਨੇ ਛੋਟੇ ਛੋਟੇ ਸਟੋਰ ਨੇ ਬਹੁਤ ਵਧੀਆ ਨੇ ਬਟ ਇੱਕ ਅਸੀਂ ਦੇਣੀ ਚਾਹੁੰਦੇ ਹਾਂ ਕਿ ਇੱਕ ਖੁੱਲ੍ਹੀ ਜਗ੍ਹਾ ਹੋਵੇ ਕਸਟਮਰ ਵਾਸਤੇ ਜਿਹਨੂੰ ਫੀਲ ਹੋਵੇ ਵੀ ਕਿ ਮੈਂ ਵਾਕਈ ਇੱਕ ਗਰੋਸਰੀ ਲੈਣ ਦਾ ਇੱਕ ਡਿਫਰੈਂਟ ਐਕਸਪੀਰੀਅੰਸ ਹੋਵੇ ਉਸ ਕੰਸੈਪਟ ਨੂੰ ਮਾਇੰਡ ਦੇ ਵਿੱਚ ਰੱਖ ਕੇ ਅਤੇ ਅਸੀਂ ਇਹ ਜਿਹੜਾ ਹੈਗਾ ਸਟੋਰ ਜੀ ਸ਼ੁਰੂ ਕੀਤਾ ਹੈ ਬਿਲਕੁਲ ਅਸੀਂ ਦੇਖਿਆ ਨਿਊਯਾਰਕ ਦੇ ਵਿੱਚ ਤਾਂ ਬਹੁਤ ਇਸ ਤਰ੍ਹਾਂ ਦੇ ਸਟੋਰ ਬਹੁਤ ਵੱਡੇ ਵੱਡੇ ਸਟੋਰ ਵੀ ਹੈਗੇ ਨੇ ਅਤੇ ਮੇਰੇ ਖਿਆਲ ਇੱਧਰਲੇ ਮੁਲਕਾਂ ਦੇ ਵਿੱਚ ਇਹ ਕੰਸੈਪਟ ਹੈ ਮੁਲਕਾਂ ਦੀ ਗੱਲ ਕਹਿਤੀ ਇੱਧਰਲੇ ਕੈਲੀਫੋਰਨੀਆ ਦੇ ਵਿੱਚ ਕੰਸੈਪਟ ਸ਼ਾਇਦ ਨਵਾਂ ਜੀ ਬਿਲਕੁਲ ਇਸ ਤਰ੍ਹਾਂ ਦਾ ਜਿੰਨਾ ਵੀ ਈਸਟ ਕੋਸਟ ਹੈਗਾ ਉਹ ਸਾਰਾ ਕਾਫੀ ਕੰਜਸਟਡ ਹੈ ਕੈਲੀਫੋਰਨੀਆ ਬਹੁਤ ਖੁੱਲ੍ਹਾ ਖੁੱਲ੍ਹਾ ਆ ਜੀ ਜੀ ਬਾਅਦ ਤਾਂ ਹੀ ਤੁਸੀਂ ਜਿਹੜੇ ਵਿੱਚ ਰੱਖੇ ਨਾ ਲੰਘਣ ਵਾਸਤੇ ਲਾਂਘਾ ਜੀ ਜੀ ਉਹ ਵੀ ਕਾਫੀ ਵੱਡਾ ਹੈਗਾ ਇਸੇ ਚੀਜ਼ ਨੂੰ ਮਾਇੰਡ 'ਚ ਰੱਖ ਕੇ ਉਹ ਚੀਜ਼ ਦਾ ਕੰਸੈਪਟ ਲਿਆਂਦਾ ਗਿਆ ਕਿ ਕੋਈ ਇੱਕ ਦੂਜੇ 'ਚ ਬੰਪ ਨਾ ਹੋਵੇ ਜਾਂ ਬੰਦਾ ਈਜ਼ੀਲੀ ਆਪਣੇ ਤੁਸੀਂ ਕਾਰਟ ਦੇ ਵਿੱਚ ਜਾਂ ਸ਼ੋਪਿੰਗ ਕਾਰਟ ਦੇ ਵਿੱਚ ਤੁਸੀਂ ਆਪਣੀ ਜਿਹੜੀ ਇਹ ਸ਼ੋਪਿੰਗ ਆਰਾਮ ਦੇ ਨਾਲ ਕਰ ਸਕਦੇ ਹੈਗੇ ਜੀ ਹਾਂ ਭੁਪਿੰਦਰ ਸਿੰਘ ਜੀ ਨਾਲ ਨੇ ਮੇਰੇ ਸੱਜੇ ਹੱਥ ਵਾਹਿ ਖਾਲਸਾ ਵਾਹਿ ਫਤਿਹ ਜੀ ਵਾਹਿ ਖਾਲਸਾ ਐਵੇਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਨੂੰ ਸਰਦਾਰ ਰਣਜੀਤ ਸਿੰਘ ਹੋਣਾ ਨੇ ਸਭ ਕੁਝ ਦੱਸ ਦਿੱਤਾ ਅਤੇ ਬਸ ਮੈਂ ਤਾਂ ਇੰਨੀ ਵੀ ਬੇਨਤੀ ਆ ਵੀ ਤੁਸੀਂ ਸਾਡਾ ਸਹਿਯੋਗ ਦਿੰਦੇ ਰਹੋ ਅਤੇ ਅਸੀਂ ਇਹ ਕੰਮ ਵੱਧ ਚੜ੍ਹ ਕੇ ਹੋਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਬਸ ਆਪਣਾ ਘੰਟੇ ਦਾ ਪ੍ਰੋਗਰਾਮ ਹੈ ਨਹੀਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਸੋ ਭੁਪਿੰਦਰ ਸਿੰਘ ਜੀ ਨੂੰ ਜਿਵੇਂ ਤੁਸੀਂ ਵੀ ਸਾਰੇ ਦੇਖ ਰਹੇ ਹੋ ਸਮਾਈਲਿੰਗ ਫੇਸ ਹੈ ਔਰ ਇਉਂ ਕਹਿ ਸਕਦੇ ਹਾਂ ਵੀ ਪੰਮੀ ਬਾਈ ਦੇ ਨੇੜੇ ਤੇੜੇ ਲੱਗਦੇ ਨੇ ਔਰ ਖੁਸ਼ ਰਹਿੰਦੇ ਨੇ ਹਰ ਵੇਲੇ ਬਹੁਤ ਵਧੀਆ ਗੱਲ ਹੈ ਥੈਂਕ ਯੂ ਅਤੇ ਵੈਸੇ ਪੰਮੀ ਬਾਈ ਸਾਡੇ ਬਹੁਤ ਮਿੱਤਰ ਨੇ ਕਲਾਕਾਰ ਭਰਾ ਨੇ ਸਾਡੇ ਉਹ ਤਾਂ ਅਸੀਂ ਕਈ ਵਾਰੀ ਜਾਈਦਾ ਜਦੋਂ ਕਿਤੇ ਬਹੁਤ ਖੁਸ਼ੀ ਨਾਲ ਸਭ ਨੂੰ ਮਿਲਦੇ ਨੇ ਉਹ ਤਾਂ ਇੱਥੋਂ ਤੱਕ ਕਿਤੇ ਕੋਈ ਅਫਸੋਸ ਕਰਨਾ ਹੋਵੇ ਤਾਂ ਵੀ ਸਮਾਈਲਿੰਗ ਫੇਸ ਕਿਵੇਂ ਮਰ ਗਿਆ ਬਾਈ ਦਿੰਦੇ ਨਹੀਂ ਅੱਛਾ ਤੁਸੀਂ ਦੱਸੋ ਇਹਦੇ ਬਾਰੇ ਆਪਣੇ 'ਚ ਕੀ ਹੈਗਾ ਖਾਸ ਇਹ ਸਟੋਰ ਦੇ ਵਿੱਚ ਮਠਿਆਈਆਂ
ਸਟੋਰ ਦੇ ਵਿੱਚ ਅਸੀਂ ਮਠਿਆਈਆਂ ਤੇ ਅਸੀਂ ਕਿਚਨ ਦਾ ਵੀ ਆਲਰੇਡੀ ਪਰਮਿਟ ਸਾਡਾ ਅਪਰੂਵ ਹੋ ਚੁੱਕਿਆ, ਅਸੀਂ ਸਮੋਸੇ ਸਮਾਸੇ ਵੀ ਇੱਥੇ ਤਿਆਰ ਕਰਨ ਦਾ ਸਾਰਾ ਕੁਛ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਉਹਨੀ ਛੇਤੀ ਤੋਂ ਛੇਤੀ। ਅਗਲੀ ਵਾਰ ਜੇ ਆਏ ਤਾਂ ਫਿਰ ਤੁਸੀਂ ਛੋਲੇ ਭਟੂਰੇ ਸਮੋਸੇ ਇੱਥੇ ਖਵਾ ਦਿਓ? ਹਾਂਜੀ ਹਾਂਜੀ ਜ਼ਰੂਰ ਖਵਾਵਾਂਗੇ। ਠੀਕ ਹੈ, ਇੱਥੇ ਟੇਬਲ ਲੱਗੇ ਹੋਣਗੇ ਜਿੱਥੇ ਹੁਣ ਬੈਠੇ ਆਪਾਂ। ਹਾਂਜੀ ਹਾਂਜੀ। ਅੱਛਾ ਠੀਕ ਹੈ। ਅੱਛਾ ਰਣਜੀਤ ਭਾਜੀ, ਤੁਸੀਂ ਇੱਕ ਜਿਹਨੂੰ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ, ਕਾਫੀ ਪੁਰਾਣੇ ਤੁਹਾਨੂੰ ਜਾਣਦੇ ਆ, ਬਹੁਤ ਵਧੀਆ ਸਾਡੇ ਤੁਸੀਂ ਮਿੱਤਰ ਹੋ, ਸਾਡੇ ਚੈਨਲ ਤੇ ਵੀ ਤੁਸੀਂ ਕਾਫੀ ਐਡ ਦਿੰਦੇ ਰਹਿੰਦੇ ਹੋ। ਜੀ ਜੀ ਜੀ। ਤੇ ਤੁਸੀਂ ਕਿਉਂ ਕਹਿ ਲਈਏ ਜਿਵੇਂ ਕਾਫੀ ਪਾਪੜ ਵੇਲੇ ਕਹਿ ਲਈਏ, ਜੋਬ ਵੀ ਬਹੁਤ ਕੀਤੀ ਹੈ? ਜੀ ਬਿਲਕੁਲ। ਤੇ ਜੋਬ ਦੇ ਵਿੱਚ ਫਿਰ ਜੋਬ ਕੀਤੀ? ਜੀ ਬਿਲਕੁਲ। ਤੇ ਕਿੱਥੋਂ ਸ਼ੁਰੂਆਤ ਹੋਈ ਤੁਹਾਡੀ ਇੱਥੇ ਅਮਰੀਕਾ ਦੇ ਵਿੱਚ, ਕਿਵੇਂ ਸ਼ੁਰੂਆਤ ਹੋਈ? ਮੈਨੂੰ ਜੀ ਕੋਈ 26 ਈਅਰਸ ਹੋ ਗਏ, 26 ਸਾਲ ਹੋ ਗਏ ਜੀ ਆਇਆਂ ਨੂੰ ਅਮਰੀਕਾ ਦੇ ਵਿੱਚ। ਅੱਛਾ ਜੀ। ਜੀ ਜੀ। ਤੇ ਮੇਰੇ ਨਾਲ ਮੇਰੇ ਵੱਡੇ ਮਾਮਾ ਜੀ ਬੈਠੇ ਹੋਏ ਨੇ, ਮੇਰੇ ਛੋਟੇ ਮਾਮਾ ਜੀ ਅਜੇ ਹੈ ਨਹੀਂ, ਬਾਹਰ ਨੇ। ਤੇ ਸਾਰਾ ਪਰਿਵਾਰ ਇੱਥੇ ਹੈ ਜੀ। ਅੱਜ ਮੇਰੇ ਨਾਨਾ ਜੀ ਉੱਧਰ ਬੈਠੇ ਹੋਏ ਨੇ, ਮੇਰੇ ਮਾਤਾ ਪਿਤਾ ਪਿੱਛੇ ਬੈਠੇ ਹੋਏ ਨੇ ਜੀ। ਤੇ ਦੇਖ ਲਓ ਜੀ, ਫਿਰ ਮੈਂ ਇੱਥੇ ਆ ਕੇ ਥੋੜ੍ਹੀ ਸਟੱਡੀ ਕਾਫੀ ਕੀਤੀ ਹੈ ਨਾ ਜੀ। ਸਟੱਡੀ ਤੋਂ ਬਾਅਦ ਫਿਰ ਜੋਬ ਕੀਤੀ, ਵਿੱਚ ਮੈਂ ਕੋਈ 20 ਸਾਲ ਕੋ ਪ੍ਰੋਫੈਸ਼ਨਲ ਕੰਮ ਦੇ ਵਿੱਚ। ਸੋ ਫਾਈਨਲੀ ਉਹ ਥੋੜ੍ਹਾ ਜਿੱਦਾਂ ਵੀ ਲੇ ਆਫ ਕਾਰਪੋਰੇਸ਼ਨ ਦੇ ਵਿੱਚ ਚੱਲਦੀਆਂ ਰਹਿੰਦੀਆਂ। ਫਿਰ ਮੇਰੇ ਕੰਸੈਪਟ ਮਾਇੰਡ ਦੇ ਵਿੱਚ ਸੀਗਾ ਕਿ ਚਲੋ ਮੇਰਾ ਕੋ ਆਲਰੇਡੀ ਇੱਕ ਟਰੱਕਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਤਾਂ ਸੀਗਾ ਹੀ ਸੀਗਾ, A1 ਰਜਿਸਟ੍ਰੇਸ਼ਨ ਹੈਗੀ। ਹਾਂਜੀ। ਤੇ ਉਹਦੇ 'ਚ ਅਸੀਂ ਜਾਣੀ ਕਿ ਸਾਰੇ ਮੇਰੇ ਕਲਾਇੰਟਸ ਵੀ ਨੇ, ਮੇਰੇ ਦੋਸਤ ਵੀ ਨੇ, ਜਿੰਨੇ ਮਿੱਤਰ ਇੱਥੇ ਆਏ ਬੈਠੇ ਨੇ ਅੱਜ, ਇਹਨਾਂ ਬਦੌਲਤ ਹੀ ਇਹਨਾਂ ਨੇ ਕੰਮ ਦਾ ਕੰਸੈਪਟ ਮੈਨੂੰ ਦਿੱਤਾ ਸੀਗਾ। ਸੋ ਮੈਂ ਤਾਂ ਸਿਰਫ ਸਟੱਡੀ ਕਰਕੇ ਉਹਨੂੰ ਐਕਸੀਕਿਊਟ ਕੀਤਾ, ਪਰ ਇਹ ਸਾਰਾ ਕੰਸੈਪਟ ਇਹਨਾਂ ਦਾ ਸੀਗਾ ਜੀ। ਅਤੇ ਇਸ ਕਰਕੇ ਮੈਂ ਇਹਨਾਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਹਾਂ। ਸੋਨੀ ਸਿੰਘ ਹੈ, ਜਗਦੀਪ ਸਿੰਘ ਬੈਠੇ ਆ ਆਪਣੇ, ਜੱਗੀ ਵੀਰਾ ਬੈਠਾ ਇੱਧਰ, ਦੀਪਾ, ਸਾਰੇ ਸਾਡੇ ਮਹਿਮਾਨ। ਹਾਂਜੀ। ਤੇ ਸਾਰਿਆਂ ਨੇ ਬਹੁਤ ਜ਼ਿਆਦਾ ਜਾਣੀ ਕਿ ਮੇਰੀ ਸਪੋਰਟ ਕੀਤੀ ਇਸ ਕੰਮ ਦੇ ਵਿੱਚ। ਸੋ ਜਿਹੜਾ 26 ਸਾਲ ਦਾ ਜਾਣੀ ਕਿ ਬਹੁਤ ਇੱਕ ਸਟਰਗਲ ਵਾਲਾ ਜਾਣੀ ਕਿ ਰਿਹਾ ਬੈਕ ਦੈਨ, ਉਦੋਂ ਤਾਂ ਮਿਨੀਮਮ ਵੇਜਸ ਵੀ ਕੋਈ $4.25 ਹੀ ਹੁੰਦੀ ਸੀਗੀ। ਅੱਛਾ। ਤੇ 12 ਘੰਟੇ ਕੰਮ ਕਰੀਦਾ ਹੁੰਦਾ ਸੀ, ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ, ਫਿਰ 7 ਤੋਂ ਕੋਈ 11 ਵਜੇ ਤੱਕ ਕੋਈ ਕਲਾਸਿਸ ਆਪਣੀਆਂ ਲਗਾਉਣੀਆਂ, ਫਿਰ ਉਹੀ ਰਾਤ ਨੂੰ 11-12 ਵਜੇ ਤੋਂ ਲੈ ਕੇ ਸਵੇਰੇ ਫਿਰ 5 ਵਜੇ ਤੱਕ ਦੇ ਵਿੱਚ ਹੀ ਆਪਣਾ ਹੋਮਵਰਕ ਕਰਨਾ, ਆਪਣਾ ਰੋਟੀ ਪਾਣੀ ਨਹਾਉਣ ਧੋਣ ਜੋ ਵੀ ਆਪਣਾ ਤੁਸੀਂ ਆਰਾਮ ਕਰਨਾ। ਸੋ 3-4 ਸਾਲ ਜਿਹੜੇ ਸੀਗੇ ਬਹੁਤ ਸਟਰਗਲਿੰਗ ਰਹੇ, ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਹੋ ਵੀ ਸਟੱਡੀ ਦੀ ਇੱਥੇ ਇੱਕ ਵੈਲਿਊ ਹੈ ਜੀ, ਤੇ ਉਸ ਤੋਂ ਬਾਅਦ ਫਿਰ ਅੱਛੀ ਜੋਬ ਮੇਰੀ ਲੱਗ ਗਈ, ਫਿਰ ਯੂ ਨੋ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਸ ਤਰ੍ਹਾਂ ਹੀ ਤਰੱਕੀ ਹੁੰਦੀ ਰਹੀ ਜੀ। ਇੱਥੇ ਆਏ ਸੀ ਸ਼ੁਰੂ ਤੋਂ ਬੇਕਨਫੀਲਡ ਜੀ? ਮੈਂ ਬਿਲਕੁਲ, ਮੈਂ ਲਾਸ ਏਂਜਲਸ ਤੋਂ ਫਿਰ ਇਧਰ ਨੂੰ ਆ ਗਏ। ਹਾਂਜੀ, ਲਾਸ ਏਂਜਲਸ ਮੈਂ ਜੀ ਕੁਛ 18+ ਈਅਰ ਰਿਹਾ, ਹੁਣ ਤਾਂ 8-9 ਸਾਲ ਹੋ ਗਏ ਬੇਕਨਫੀਲਡ ਵੀ ਆਇਆਂ ਨੂੰ। ਅੱਛਾ। ਹਾਂਜੀ, ਇਹ ਸੀਗਾ ਬਈ ਕੈਲੀਫੋਰਨੀਆ ਜਿੱਦਾਂ ਪੰਜਾਬ ਦਾ ਮਾਹੌਲ ਵੀ ਕਹਿ ਲਓ ਜਾਂ ਵੈਦਰ ਵੀ ਕਹਿ ਲਓ ਇੱਕਦਮ ਮੈਸ਼ ਕਰਦਾ। ਮੇਰੇ ਇਨਲਾਜ ਬੈਕ ਈਸਟ ਹੀ ਨੇ, ਤੁਹਾਡੇ ਰਹਿੰਦੇ ਉੱਧਰ, ਅਤੇ ਮੈਂ ਬਹੁਤ ਘੱਟ ਜਾਣੀ ਕਿ ਜਾਣਾ ਪਸੰਦ ਕਰਦਾ, ਕਿਉਂਕਿ ਇੱਕ ਤਾਂ ਇੱਥੇ ਕੰਜਸਟਡ ਬਹੁਤ ਹੁੰਦਾ ਵੈਦਰ, ਗਰਮੀਆਂ ਨੂੰ ਚੱਲ ਜਾਓ ਹਿਊਮਿਡਿਟੀ ਹੁੰਦੀ ਹੈ, ਅਤੇ ਜੇ ਸਰਦੀਆਂ ਨੂੰ ਚੱਲ ਜਾਓ ਤਾਂ ਬਹੁਤ ਜ਼ਿਆਦਾ ਠੰਡ ਹੁੰਦੀ ਹੈਗੀ। ਵੈਸੇ ਏ ਸੀ ਦੀ ਗੱਲ ਕਰੀਏ, ਖਾਸ ਤੌਰ 'ਤੇ ਬੇਕਰਸ ਫੀਲਡ ਦੀ, ਫਰਿੰਜ ਦੀ ਗੱਲ ਕਰੀਏ, ਇੱਥੇ ਤਾਂ ਮਿੱਟੀ ਵੀ ਜਮ੍ਹਾਂ ਪੰਜਾਬ ਦੀ ਮਿੱਟੀ ਚੁੰਬੜਦੀ ਆ ਕੇ। ਹਾਂਜੀ, ਝਾੜਨੀ ਪੈਂਦੀ ਨਹੀਂ ਨਹੀਂ ਚੁੰਬੜਦੀ ਤਾਂ ਨਹੀਂ ਹੈਗੀ, ਬਹੁਤ ਵਧੀਆ ਉਪਜਾਊ ਮਿੱਟੀ ਹੈਗੀ ਆ ਸਾਡੇ ਕੋਲ। ਸਾਡੇ ਨਾਜਰ ਅੰਕਲ ਹੋਣੀ ਫਾਰਮਰ ਵੀ ਨੇ, ਇੱਧਰ ਪ੍ਰਦੀਪ ਸਿੰਘ ਸੇਵੀਆ, ਇਹ ਵੀ ਫਾਰਮਰ ਨੇ, ਫਾਰਮਰ ਵੀ ਹੈਗੇ ਨੇ ਆਪਣੇ ਵਿੱਚ। ਅਤੇ ਫਾਰਮਿੰਗ ਦਾ ਜਦ ਅਸੀਂ ਆਪਣੇ ਬੈਕਗਰਾਊਂਡ ਤੋਂ ਆਏ ਹਾਂ ਉੱਠ ਕੇ, ਅਸੀਂ ਉਹ ਮਾਹੌਲ ਚਾਹੁੰਦੇ ਹਾਂ, ਉਹ ਇੱਕ ਗੈਟ ਟੂਗੈਦਰ ਵਾਲੀ ਚੀਜ਼ ਚਾਹੁੰਦੇ ਹਾਂ। ਕੈਲੀਫੋਰਨੀਆ, ਕੈਲੀਫੋਰਨੀਆ ਵਿੱਚ ਹੀ ਮਿਲਦਾ ਜੀ। ਜੀ ਸਹੀ ਗੱਲ ਹੈ, ਨਿਊਯਾਰਕ 'ਚ ਪਾਰਕਿੰਗ ਨਹੀਂ ਮਿਲਦੀ ਤਾਂ ਮਾਹੌਲ ਕਿੱਥੋਂ ਮਿਲਣਾ ਇਹੋ ਜਿਹਾ? ਤੁਸੀਂ ਗਏ ਹੋ ਉੱਥੇ ਤਾਂ ਬੰਦਾ ਪਾਰਕਿੰਗ ਰਾਤੀ ਜੇ ਘਰੋਂ ਆਉਂਦਾ ਕਿਤੇ ਕੰਮ ਤੋਂ ਆਉਂਦਾ ਤਾਂ 2-2.5 ਘੰਟੇ ਪਾਰਕਿੰਗ। ਮੈਂ ਪਹਿਲੀ ਵਾਰੀ ਜੀ ਨਿਊਯਾਰਕ 'ਚ ਹੀ ਦੇਖੀਆਂ ਸੀ ਪਾਰਕਿੰਗ, ਜਿਹੜੀਆਂ ਲਿਫਟ ਕਰਕੇ ਥੱਲੇ ਇੱਕ ਗੱਡੀ ਪਾਰਕ ਕਰਕੇ ਉਹਨੂੰ ਲਿਫਟ ਕਰਦੇ, ਫਿਰ ਉਹਦੇ ਥੱਲੇ ਗੱਡੀ ਖੜੀ ਕਰਦੇ। ਮੈਂ ਪਹਿਲੀ ਵਾਰੀ ਉਹ ਦੇਖਿਆ ਸੀ। ਅੱਛਾ, A1 ਰਜਿਸਟ੍ਰੇਸ਼ਨ ਦਾ ਕੀ ਹੈਗਾ, ਕਿੰਨੀ ਦੇਰ ਹੋ ਗਈ ਇਹਦੇ 'ਚ ਕੀ ਕਰਦੇ ਹੋ? ਅਸੀਂ ਜੀ ਕੰਪਲੀਟ ਜਿਹੜਾ ਹੈਗਾ ਆ ਟਰੱਕਾਂ ਦਾ ਰਜਿਸਟ੍ਰੇਸ਼ਨ, ਕਮਰਸ਼ਲ ਰਜਿਸਟ੍ਰੇਸ਼ਨ ਦਾ, ਯਾਨੀ ਕਿ ਲੋਨ ਤੋਂ ਲੈ ਕੇ ਡਰਾਈਵਰ ਜਾਂ ਓਨਰ ਓਪਰੇਟਰਸ ਨੂੰ ਰੋਡ ਤੱਕ ਕਰਨ ਦੀ ਸਾਡੀ ਰਿਸਪੋਂਸੀਬਿਲਟੀ ਰਹਿੰਦੀ ਹੈ ਕਿ ਮੇਕ ਸ਼ੋਰ ਕਿ ਉਹਨਾਂ ਕੋਲ ਪ੍ਰੋਪਰ ਸਾਰੇ ਪਰਮਿਟਸ ਨੇ, ਪ੍ਰੋਪਰ ਪੇਪਰ ਵਰਕ ਹੈ, ਪਲੇਟਸ ਹੈਗੀਆਂ ਆ। ਸੋ ਆਪਣੇ ਕੋਲ ਅਸੀਂ ਐਜ ਐਨ ਏਜੰਟ DMV ਦਾ ਪਲੇ ਕਰਦੇ ਹੈਗੇ ਰੋਲ, ਸਾਨੂੰ DMV ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਕੈਲੀਫੋਰਨੀਆ, ਉਹਨੇ ਆਥੋਰਾਈਜ਼ ਕੀਤਾ ਹੋਇਆ ਸਾਨੂੰ ਕਿ ਸਾਡੇ ਕੋਲ ਪਲੇਟਸ ਪਈਆਂ ਸੀ। ਹਾਂਜੀ, ਅਸੀਂ ਪਲੇਟਸ ਤੋਂ ਜਿੱਦਾਂ ਵੀ ਆਪਣੇ ਵੀਰ ਟਰੱਕ ਲੈਂਦੇ ਨੇ ਉਹ ਸਾਡੇ ਕੋਲ ਪਲੇਟਾਂ ਲੈਂਦੇ ਨੇ। ਡਰਾਈਵਰ ਲਾਇਸੈਂਸ ਤਾਂ ਨਹੀਂ ਜੀ, ਅਸੀਂ ਉਹ ਨਹੀਂ ਕਰਦੇ ਹੈਗੇ, ਅਸੀਂ ਟਰੱਕ ਰਿਲੇਟਡ ਜਿਹੜਾ ਵੀ ਟਰੱਕ ਜਦੋਂ ਡੀਲਰ ਦੇ ਸ਼ੋਰੂਮ 'ਚੋਂ ਨਿਕਲ ਕੇ ਉਹਨੂੰ ਰੋਡ ਤੱਕ ਦਾ ਕਰਨ ਦਾ ਸਾਡਾ ਕੰਮ
ਕੰਮ ਹੁੰਦਾ। ਅੱਛਾ ਇੱਧਰ ਹੈਗਾ ਉਹ ਸਿਸਟਮ ਪੰਜਾਬ ਵਾਲਾ, ਜਿੱਦਾਂ ਪੰਜਾਬ ਦੇ ਵਿੱਚ ਕਿਤੇ ਤੂੰ ਬਸ ਫੋਟੋ ਖਿਚਾਉਣ ਜਾਣਾ, ਬਾਕੀ ਕੰਮ ਸਰ ਰਾਈਟ ਵੀ ਸਭ ਹੋਈ ਹੋਈ ਹੈਗੀ ਆ, ਸਿਰਫ ਤੂੰ ਫੋਟੋ ਖਿਚਾਉਣ ਵਾਲੇ ਦਿਨ ਜਾਣਾ ਉੱਥੇ? ਨਹੀਂ ਜੀ ਬਿਲਕੁਲ ਨਹੀਂ, ਇੱਧਰ ਨਹੀਂ ਹੈਗਾ ਬਿਲਕੁਲ, ਇੱਦਾਂ ਦਾ ਕੰਮ ਨਹੀਂ ਹੁੰਦਾ। ਜਾਣ ਕੇ ਹਾਲੇ ਕਿ ਆਪ ਮੇਰੇ ਵੀਰ ਇੱਥੇ ਬੈਠੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕਈ ਕਹਿਣਗੇ ਰਣਜੀਤ ਮੇਰਾ ਜੁਗਾੜ ਲਾ, ਹਾਂ ਜੁਗਾੜ ਲਾ ਦੇ, ਸਟਿੱਕਰ ਹੀ ਹੈ ਕਿ ਸ਼ਨੀਵਾਰ ਨੂੰ ਸਟਿੱਕਰ ਦੇ ਦੇ। ਮੈਂ ਕਹਿੰਦਾ ਨਾ ਨਹੀਂ ਜੀ ਵੀਰੇ, ਮੈਂ ਕੰਮ ਜਿਹੜਾ ਹੈਗਾ ਪ੍ਰੋਪਰਲੀ ਜਿਹੜਾ ਤਰੀਕਾ ਉਸੇ ਤਰੀਕੇ ਨਾਲ ਹੈਗਾ। ਸਹੀ ਹੈ ਜੀ, ਇੱਧਰ ਵੈਸੇ ਭੁਪਿੰਦਰ ਭਾਅ ਜੀ ਬਿਲਕੁਲ ਸਹੀ ਗੱਲ ਹੈ ਕਿ ਸਿਸਟਮ ਦੇ ਨਾਲ ਇੱਧਰ ਚੱਲਣਾ ਪੈਂਦਾ, ਕਿ ਸਿਸਟਮ ਸਾਡੇ ਨਾਲ ਨਹੀਂ ਚੱਲਦਾ, ਅਤੇ ਪੰਜਾਬ ਦੇ ਵਿੱਚ ਤਾਂ ਸਿਸਟਮ ਸਾਡੇ ਨਾਲ ਚੱਲ ਪੈਂਦਾ ਹੈਗਾ। ਉੱਧਰ ਤਾਂ ਇੱਧਰ ਲਾਇਸੈਂਸ ਬਣਾ ਕੇ ਫਿਰ ਗੱਡੀ ਬੰਦਾ ਚੱਕਦਾ, ਅਤੇ ਪੰਜਾਬ ਦੇ ਵਿੱਚ ਜਦੋਂ ਪੰਜ ਚਾਰ ਨਾ ਕੋਈ ਖਤਰਾ ਹੋਵੇ, ਮੈਂ 3 ਸਾਲ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਈ ਇੱਥੇ ਰੱਖ, 3 ਸਾਲ ਪੰਜਾਬ 'ਚ ਵੀ ਜਿਹੜੇ ਟਰੱਕਾਂ ਵਾਲੇ ਨੇ ਚਲਾਈ ਨਹੀਂ ਇੱਥੇ ਚਲਾਈ ਹੈ ਜੀ। ਅੱਛਾ, ਪੰਜਾਬ ਦੇ ਵਿੱਚ ਵੀ ਜਿਹੜੇ ਟਰੱਕਾਂ ਵਾਲੇ ਨੇ ਉਹ ਕਈ ਵਾਰੀ 5-7 ਬੰਦੇ ਮਾਰ ਕੇ ਸੋਚਦੇ ਹੋ ਲਾਇਸੈਂਸ ਬਣਵਾ ਲਈ। ਮੈਂ ਚਲੋ DMV ਲਾਇਸੈਂਸ ਲੈਣ ਗਿਆ ਅਤੇ ਮੈਨੂੰ ਕੁੜੀ ਕਹਿੰਦੀ ਤੂੰ 3 ਸਾਲ ਉਹ ਗੱਡੀ ਲਈ ਫਿਰਦਾ, ਲਾਇਸੈਂਸ ਹੈ ਨਹੀਂ। ਮੈਂ ਕਹਿੰਦਾ, ਕਹਿੰਦੀ ਪੁਲਿਸ ਵਾਲੇ ਰੋਕਿਆ ਨਹੀਂ ਕਦੇ? ਮੈਂ ਕਿਹਾ ਵੀ ਕਿਸਮਤ ਆ ਮੇਰੀ, ਨਹੀਂ ਰੋਕਿਆ। ਕਿਸਮਤ ਨਹੀਂ ਇਕੱਲੀ, ਇਹ ਤੁਸੀਂ ਸਹੀ ਚਲਾਉਂਦੇ ਸੀ, ਤੁਸੀਂ ਗਲਤੀ ਨਹੀਂ ਕਰਦੇ ਸੀਗੇ। ਜੇ ਗਲਤੀ ਕਰਦੇ ਗਾੜੀ ਹੁੰਦੀ ਤਾਂ ਟੰਗ ਦੇਣਾ ਸੀ ਨਾਲ ਨਾਲ ਉਹਨਾਂ ਨੇ। ਨਹੀਂ, ਐਕਸੀਡੈਂਟ ਵੀ ਹੋ ਗਿਆ ਸ਼ਾਇਦ। ਅੱਛਾ, ਆਪਾਂ ਬਚ ਗਏ ਉਹ 'ਚ। ਫਿਰ ਤਾਂ ਕਿਸਮਤ ਹੀ ਆ ਬਈ, ਫਿਰ ਤਾਂ ਕਿਸਮਤ ਹੀ ਆ ਭੁਪਿੰਦਰ ਸਿੰਘ ਜੀ ਤੁਹਾਡੀ। ਅਤੇ ਇੱਥੇ ਕੀ ਦੇਖ ਰਹੇ ਕਰਦੇ ਤੁਸੀਂ ਸਾਰੇ ਕੰਮ ਕਰਦੇ? ਹਾਂਜੀ, ਇੱਥੇ ਸਾਰਾ ਕੁਛ ਕਰਦੇ ਜੀ। ਸਾਰਾ ਕੁਛ ਕੀ ਮਤਲਬ? ਸਟੋਰ ਦੇ ਵਿੱਚ ਦਾਰੂ ਵੀ ਕਰਦੇ? ਹੈਂ, ਕਾਫੀ ਸਮਾਨ ਤੁਸੀਂ ਰੱਖਿਆ, ਆਉਣ ਵਾਲੇ ਦਿਨਾਂ ਚ ਹੋਰ ਕੀ ਕੀ ਸਮਾਨ ਰੱਖਣਾ ਚਾਹੁੰਦੇ ਹੋ? ਤੁਹਾਡੇ ਮਹਿਮਾਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਉਹ ਸਮਝ ਹੀ ਗਏ ਹੋਣਗੇ, ਹੁਣ ਜਿਹੜਾ ਟੂਰ ਸਾਡਾ ਹੈਗਾ, ਸਾਡਾ 2-3 ਦਿਨ ਦਾ ਹੋਰ ਰਹਿ ਗਿਆ, ਉਸ ਤੋਂ ਬਾਅਦ ਨਿਊਯਾਰਕ ਤੋਂ ਪ੍ਰੋਗਰਾਮ ਪੇਸ਼ ਕਰਾਂਗੇ। ਅਤੇ ਅੱਜ ਦਾ ਪ੍ਰੋਗਰਾਮ ਬੇਕਰਸਫੀਲਡ ਦੇ ਵਿੱਚੋਂ ਸਪਾਈਸਲੈਂਡ ਸਬਜ਼ੀ ਮੰਡੀ ਤੋਂ ਤੁਹਾਡੇ ਰੂਬਰੂ ਲਾਈਵ ਪੇਸ਼ ਕੀਤਾ ਜਾ ਰਿਹਾ, ਅਤੇ ਲਾਈਵ ਦੇ ਵਾਸਤੇ ਤੁਸੀਂ ਹੁਣ ਆਪਣੀ ਫੋਨ ਕਾਲ 'ਤੇ ਗੱਲ ਤਾਂ ਨਹੀਂ ਹੋ ਸਕਦੀ, ਪਰ ਤੁਸੀਂ ਆਪਣਾ ਕੋਈ ਵੀ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਇਹਨਾਂ ਬਾਰੇ ਪੁੱਛਣਾ ਦੱਸਣਾ ਚਾਹੁੰਦੇ ਹੋ, ਸਾਡੇ ਮਹਿਮਾਨ ਜਿਹੜੇ ਨੇ ਉਹ ਤੁਸੀਂ ਈਮੇਲ ਅਕਸਰ ਕਰਦੇ ਹੋ jaggi@jasbroadcasting.com ਜਾਂ ਫਿਰ info@jasbroadcasting.com 'ਤੇ। ਇਸ ਤੋਂ ਇਲਾਵਾ ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਸਾਡੇ ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਦੇ ਨੰਬਰ ਜਿਹੜੇ ਹੈਗੇ ਉਹਨਾਂ 'ਤੇ ਵੀ ਆਪਦਾ ਸੁਨੇਹਾ ਛੱਡਦੇ ਨੇ, ਸੋ ਅਸੀਂ ਉਹਨਾਂ ਦੇ ਸਾਰੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਇਹ ਕਰੀ ਜਾਂਦੀ ਹੈ। ਸੋ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਜੀ, ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।